ਉਧਰ ਹਰਿਆਣਾ ਦੇ ਵਿੱਚ ਚੱਲ ਰਹੇ ਜਾਟ ਅੰਦੋਲਨ ਦਾ ਅਸਰ ਪੰਜਾਬ ਦੇ ਵਿੱਚ ਵੀ ਪਹੁੰਚਣਾ ਸ਼ੁਰੂ ਹੋ ਗਿਆ ਕਿਉਂਕਿ ਪੰਜਾਬ ਦੇ ਜਾਟ ਸਮੁਦਾਇ ਨੇ ਵੀ ਪੰਜਾਬ ਸਰਕਾਰ ਦੇ ਅੱਗੇ ਰਾਖਵੇਂਕਰਨ ਦੀ ਮੰਗ ਰੱਖ ਦਿੱਤੀ ਹੈ ਤੇ ਕਿਹਾ ਹੈ ਕਿ ਸਾਰੇ ਸੂਬਿਆਂ 'ਚ ਕਿਸਾਨਾਂ ਨੂੰ ਪਛੜੀ ਜਾਤੀ ਦੇ ਆਧਾਰ ਦੇ ਉੱਤੇ ਰਾਖਵਾਂਕਰਨ ਮਿਲ ਰਿਹਾ ਹੈ ਪਰ ਪੰਜਾਬ 'ਚ ਅੱਜ ਤੱਕ ਇਸ ਦਾ ਐਲਾਨ ਨਹੀਂ ਕੀਤਾ ਗਿਆ। ਉਹਨਾਂ ਚੇਤਾਵਨੀ ਭਰੇ ਲਹਿਜ਼ੇ 'ਚ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਜੇ 2014 ਦੀ ਤਰਜ਼ 'ਤੇ ਪੰਜਾਬ 'ਚ ਫੈਸਲਾ ਲਾਗੂ ਨਹੀਂ ਹੁੰਦਾ ਤਾਂ ਉਹ ਵੀ ਸੜਕਾਂ ਦੇ ਉੱਤੇ ਇਸੇ ਤਰ੍ਹਾਂ ਉਤਰਨਗੇ। ਪਰ ਬਦਕਿਸਮਤੀ ਦੀ ਗੱਲ ਹੈ, ਇਕੱਲੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਨੇ ਨੋਟੀਫਿਕੇਸ਼ਨ ਨਹੀਂ ਕੀਤੀ, ਬਾਕੀ ਸਾਰੇ ਸੂਬਿਆਂ 'ਚ ਨੋਟੀਫਿਕੇਸ਼ਨ ਹੋ ਗਈ ਸੀ, ਹਰਿਆਣਾ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਦਿੱਲੀ, ਜਿਹਦਾ ਲਾਭ ਸਾਰੇ ਜੱਟਾਂ ਨੂੰ ਮਿਲਿਆ ਸੀ। ਇਕੱਲੇ ਪੰਜਾਬ ਦੇ ਜੱਟਾਂ ਉਸ ਗੱਲੋਂ ਵਾਂਝੇ ਰਹਿ ਗਏ ਸੀ। ਉਸ ਤੋਂ ਬਾਅਦ ਆ ਕੇ ਮੋਦੀ ਸਰਕਾਰ ਨੇ ਸ਼ਰਾਰਤ ਨਾਲ ਇਹ ਕੇਸ ਕਰਾਤਾ ਸੁਪਰੀਮ ਕੋਰਟ 'ਤੇ, ਸ਼ਰਾਰਤ ਨਾਲ ਸਟੇ ਕਰਵਾਤਾ ਜਾਣ ਕੇ। ਉਸ ਗੱਲ ਦੀ ਫਰਸਟ੍ਰੇਸ਼ਨ ਸੀਗੀ, ਪਰ ਮੈਂ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਮੈਂ ਵਾਰਨਿੰਗ ਦੇਣਾ ਚਾਹੁੰਦਾ ਕਿ ਪਿਛਲੀ ਵਾਰੀ ਵੀ ਇਹਨਾਂ ਨੇ ਸ਼ਰਾਰਤ ਕੀਤੀ ਪੰਜਾਬ ਦੇ ਲੋਕਾਂ ਨਾਲ, ਅਤੇ ਜੇ ਐਤਕੀ ਇਹਨਾਂ ਨੇ ਫਿਰ ਕੋਸ਼ਿਸ਼ ਕੀਤੀ ਹੈ ਸ਼ਰਾਰਤ ਕਰਨ ਦੀ, ਜੇ ਜੋ ਹਿੰਦੁਸਤਾਨ 'ਚ ਸਾਰਿਆਂ ਨੂੰ ਮਿਲੂਗਾ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਮਿਲਣਾ ਚਾਹੀਦਾ। ਪੰਜਾਬ ਦੇ ਲੋਕ ਵਾਂਝੇ ਨਹੀਂ ਰਹਿਣੇ ਚਾਹੀਦੇ, ਆਪਦੀ ਕੋਝੀ ਸਿਆਸਤ ਤੋਂ ਇਹਨਾਂ ਨੂੰ ਉੱਪਰ ਉੱਠਣਾ ਚਾਹੀਦਾ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ। ਜੇ ਐਤਕੀ ਵੀ ਇਹਨਾਂ ਨੇ ਉਹੀ ਉਹੋ ਜਿਹੀ ਸ਼ਰਾਰਤ ਕੀਤੀ ਪੰਜਾਬ ਦੇ ਲੋਕਾਂ ਨਾਲ, ਅਤੇ ਅਸੀਂ ਐਂ ਤਕੜੇ ਹੋ ਕੇ ਸੜਕਾਂ 'ਤੇ ਉਤਰਾਂਗੇ, ਐਂ ਲੜਾਈ ਲੜਾਂਗੇ। ਹਾਲਾਂਕਿ ਪੰਜਾਬ ਦੇ ਲੋਕ ਅਮਨ ਪਸੰਦ ਹੈ, ਅਸੀਂ ਵੀ ਅਮਨ ਪਸੰਦ ਹੈ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਤਕਲੀਫ ਆਵੇ, ਕਿਸੇ ਦਾ ਕੋਈ ਨੁਕਸਾਨ ਹੋਵੇ, ਕਿਸੇ ਨੂੰ ਕੋਈ ਸੜਕਾਂ 'ਤੇ ਖੜ੍ਹਨਾ ਪਵੇ। ਪਰ ਜੇ ਬਿਲਕੁਲ ਹੀ ਪੰਜਾਬ ਸਰਕਾਰ ਇਕੱਲੀ ਪੰਜਾਬ ਦੇ ਲੋਕਾਂ ਨਾਲ ਧੱਕਾ ਕਰੇਗੀ, ਤਾਂ ਅਸੀਂ ਵੀ ਤਕੜੇ ਹੋ ਕੇ ਪੰਜਾਬ ਦੀ ਲੜਾਈ ਲੜਾਂਗੇ।